Hare Hare.
हर की तुम सेवा करो, दूजी सेवा करो ना कोई जी। हर की तुम सेवा करो, दूजी सेवा करो ना कोई जी। हर की तुम सेवा
ਸਮੇਂ ਦੇ ਲਿਹਾਜ਼ ਨਾਲ ਦਾਸਤੇ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ। ਕੀਰਤਨ ਕਰਦਿਆਂ ਜੱਥੇ ਪਾਸੋਂ ਬੇਨ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਅੱਜ ਦੇ ਹਫ਼ਤਾਵਾਰੀ ਗੁਰਮਤ ਸਮਾਗਮ ਭਾਈ ਸਰਬਜੀਤ ਸਿੰਘ ਜੀ ਵੱਲੋਂ ਤਿੰਨਾਂ ਦੇ ਬੇਟੇ ਦੀ ਤੰਦਰੁਸਤੀ ਲਈ ਅਰਦਾਸਾਂ ਬੇਨਤੀਆਂ ਵਾਸਤੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਬੱਚੇ ਨੂੰ ਤੰਦਰੁਸਤੀਆਂ ਪ੍ਰਦਾਨ ਕਰਨ, ਗੁਰਸਿੱਖੀ ਨਾਮਦਾਨ ਦੀ ਦਾਤਾਂ ਬਖਸ਼ਿਸ਼ ਕਰਨ ਜੀ। ਸੋ ਜਿੰਨੇ ਵੀ ਸਤਸੰਗ ਜੀ ਸਤਿਗੁਰਾਂ ਦੇ ਪਾਪ ਗੋਦ ਵਿੱਚ ਜੁੜੇ ਹੋ, ਸਾਰੇ ਹੀ ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਜਰਨੈਲ ਸਿੰਘ ਜੀ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਬੜੀ ਰੂਹ ਨਾਲ ਰਸ ਪਿੰਨੇ ਕੀਰਤਨ ਸਰਵਣ ਕਰਵਾਏ ਹਨ। ਇੱਕ ਦੋ ਬੇਨਤੀਆਂ ਹਨ, ਜਿਵੇਂ ਕਿ ਭਾਈ ਸਾਹਿਬ ਹੁਣੇ ਆਪ ਹੀ ਦੱਸਿਆ ਕਿ ਅੱਜ ਦੇ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਲੰਗਰਾਂ ਦੀ ਸੇਵਾ, ਜੋ ਭਾਈ ਬਰਿਆਮ ਸਿੰਘ ਹੁਣਾਂ ਦੇ ਨਾਲ ਤਬਲੇ ਅਤੇ ਸਿੰਘ ਹਨ ਭਾਈ ਸਰਬਜੀਤ ਸਿੰਘ, ਉਹਨਾਂ ਵੱਲੋਂ ਪਰਿਵਾਰ ਵੱਲੋਂ ਕਰਵਾਈ ਗਈ ਹੈ। ਸੱਚੇ ਪਾਤਸ਼ਾਹ ਮਿਹਰ ਕਰੇ, ਇਹਨਾਂ ਤੋਂ ਇੱਦਾਂ ਹੀ ਸੇਵਾਵਾਂ ਲੈਂਦੇ ਰਹਿਣ, ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਦਰੋਂ ਘਰੋਂ ਨਾਮ ਸਿਮਰਨ ਦੀ ਦਾਤ ਬਖਸ਼ੇ, ਸਿੱਖੀ ਕਮਾਉਣ ਦੀ ਜਾਚ ਬਖਸ਼ੇ, ਲੋਹ ਲੰਗਰ ਤਪਦੇ ਰਹਿਣ। ਸੋ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਪ੍ਰਾਰੰਭ ਹੋਣਗੇ 24 ਅਗਸਤ ਸ਼ੁੱਕਰਵਾਰ ਨੂੰ, ਜਿਨ੍ਹਾਂ ਦੇ ਭੋਗ 26 ਅਗਸਤ ਐਤਵਾਰ ਨੂੰ ਪੈਣਗੇ। ਅਤੇ ਇਹ ਤਿੰਨੋਂ ਦਿਨ ਸਮੁੱਚੀ ਸੇਵਾ ਸਾਰੀ ਸੰਗਤ ਰਲ ਮਿਲ ਕੇ ਕਰ ਰਹੀ ਹੈ। ਇਸੇ ਹੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਸ੍ਰੀ ਅਖੰਡ ਪਾਠ ਸਾਹਿਬ 30 ਅਗਸਤ ਵੀਰਵਾਰ ਆਰੰਭ ਹੋਣਗੇ, ਅਤੇ ਜਿਨ੍ਹਾਂ ਦੇ ਭੋਗ 1 ਸਤੰਬਰ ਨੂੰ ਪੈਣਗੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜੋ 1 ਸਤੰਬਰ ਨੂੰ ਹੋਇਆ ਸੀ, ਉਸ ਦਿਨ ਦੇ ਦਿਨ ਇਹ ਭੋਗ ਪੈਣੇ ਹਨ। ਇਹ ਸਮੁੱਚੀ ਸੇਵਾ ਹਰ ਵਾਰ ਦੀ ਤਰ੍ਹਾਂ ਬੀਬੀਆਂ ਦਾ ਜਥਾ, ਜਿਵੇਂ ਸਾਰੇ ਗੁਰੂਆਂ ਦੇ ਦਿਨ ਮਨਾਉਂਦਾ ਹੈ, ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਗੁਰੂ ਦੀਆਂ ਖੁਸ਼ੀਆਂ ਲਈਏ। ਸੋ ਆਓ ਹੁਣ ਸਤਿਕਾਰਯੋਗ ਭਾਈ ਬਰਿਆਮ ਸਿੰਘ ਜੀ ਦਾ ਜਥਾ ਆਪ ਜੀ ਨੂੰ 12 ਵਜੇ ਤੱਕ ਕੀਰਤਨ ਸਰਵਣ ਕਰਵਾਏਗਾ। ਇਹਨਾਂ ਤੋਂ ਉਪਰੰਤ ਆਪਣੇ ਪਾਸ ਗੁਰਪਾਲ ਸਿੰਘ ਢਾਡੀ ਆਏ ਹਨ, ਉਹ ਆਪ ਜੀ ਨੂੰ ਢਾਡੀ ਵਾਰ ਨਾਲ ਨਿਹਾਲ ਕਰਨਗੇ। ਸੋ ਆਓ ਕੀਰਤਨ ਨਾਲ ਜੁੜੀਏ ਜੀ ਆਇਆਂ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਭਗਤ ਵਚਨ ਸੁਣ ਹੋ ਤੂੰ ਨਿਰਾਸ ਹਿਰਦੈ ਭਗਤ ਵਚਨ ਸੁਣ ਹੋ ਤੂੰ ਨਿਰਾਸ ਹਿਰਦੈ ਪਤਿਤ ਪਾਵਨ ਸੁਣ ਆਸਾ ਔਰ ਧਾਰ ਹੂੰ ਅੰਤਰ ਜਾਮੀ ਸੁਣ ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ ਦੀਨ ਕੇ ਦਿਆਲ ਸੁਣ ਪੈ ਪ੍ਰਮ ਟਾਰ ਜਲਧਰ ਸੰਗਮ ਕੈ ਅਫਲ ਸੇਬਲ ਦ੍ਰਮ ਚੰਦਨ ਸੁਗੰਧ ਸੰਬੰਧ ਮੈਲ ਗਾਰ ਹੂੰ ਆਪਣੀ ਕਰਨੀ ਕਰ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵਾਂ ਠਾਉ ਵਾਹਿਗੁਰੂ ਜੀ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵਾਂ ਠਾਉ ਤੁਮਰੋ ਬਿਰਧ ਕਰ ਆਸ ਔਰ ਤਾਰ ਹੂੰ ਤੁਮਰੋ ਬਿਰਧ ਕਰ ਆਸਰੋ ਸੁਮਾਰ ਹੂੰ ਕਰ ਆਸਰੋ ਸੁਮਾਰ ਹੂੰ ਫਰੀਦਾ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਦੇਹੀ ਕਿਛ ਪਾਏ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਅੱਜ ਦਾ ਸਬਜੈਕਟ ਆਪਣੇ ਆਪ ਨੂੰ ਮੰਦਾ ਜਾਣਨਾ ਦੂਜੇ ਨੂੰ ਭਲਾ ਕਰਕੇ ਜਾਣਨਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਗੁਰਬਾਣੀ ਇਸ ਦੇ ਪ੍ਰਥਾਏ ਕਿਆ ਖਿਆਲ ਖੇਲ ਕਿਆ ਖਿਆਲ ਸਾਨੂੰ ਦਿੰਦੀ ਹੈ
ਗੁਰਬਾਣੀ ਦੇ ਕੁਝ ਪ੍ਰਮਾਣ ਕੁਝ ਸ਼ਬਦ ਆਪ ਜੀ ਨਾਲ ਸਾਂਝ ਪਾਉਣੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਚੰਗਾ ਨਹੀਂ, ਸਾਰਾ ਸੰਸਾਰ ਚੰਗਾ ਹੈ, ਮੈਂ ਭੈੜਾ ਹਾਂ, ਮੈਂ ਬੁਰਾ ਹਾਂ, ਮੈਂ ਮੰਦਾ ਹਾਂ। ਬਾਬਾ ਕਬੀਰ ਜੀ ਵੀ ਕਹਿੰਦੇ ਨੇ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਉਹ ਮੇਰਾ ਮਿੱਤਰ ਹੈ ਜਿਹਦੀ ਬਿਰਤੀ ਇਸ ਪ੍ਰਕਾਰ ਦੀ ਹੈ, ਬਾਬਾ ਕਬੀਰ ਜੀ ਖਿਆਲ ਦਿੰਦੇ ਨੇ। ਕੋਈ ਮਨੁੱਖ ਐਸਾ ਨਹੀਂ, ਬੁਰੇ ਤੋਂ ਬੁਰਾ ਵੀ ਇਨਸਾਨ ਆਪਣੇ ਆਪ ਨੂੰ ਬੁਰਾ ਜਣਾ ਕੇ ਜਿਉਣਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਕਿ ਲੋਕ ਮੈਨੂੰ ਚੰਗਾ ਕਹਿਣ, ਭਾਵੇਂ ਭੈੜੇ ਤੋਂ ਭੈੜਾ ਇਨਸਾਨ ਕਿਉਂ ਨਾ ਹੋਵੇ। ਕੋਈ ਬੁਰੇ ਇਨਸਾਨ ਨੂੰ ਵੀ ਤੁਸੀਂ ਬੁਰਾ ਕਹਿ ਦਿਓ, ਫਿਰ ਨਤੀਜਾ ਉਹਦਾ ਕੀ ਹੋ ਸਕਦਾ ਹੈ ਆਪਾਂ ਸਾਰੇ ਜਾਣਦੇ ਹਾਂ। ਪਰ ਚੰਗੇ ਤੋਂ ਚੰਗਾ ਇਨਸਾਨ ਆਪਣੇ ਆਪ ਨੂੰ ਕਹੇ ਕਿ ਮੈਂ ਸਾਰਿਆਂ ਤੋਂ ਬੁਰਾ ਹਾਂ ਅਤੇ ਦੂਜੇ ਸਾਰੇ ਚੰਗੇ ਨੇ, ਇਸ ਸਬਜੈਕਟ ਉੱਤੇ ਅੱਜ ਦਾ ਪ੍ਰਕਰਨ ਆਪ ਜੀ ਨਾਲ ਸਾਂਝ ਪਾਉਣ ਲੱਗਿਆ ਹਾਂ। ਆਓ ਇਕਾਗਰਤਾ ਬਖਸ਼ਿਓ ਜੀ, ਗੁਰੂ ਪਾਤਸ਼ਾਹ ਕਿਰਪਾ ਕਰਨ, ਕੁਝ ਗੁਰਬਾਣੀ ਦੀਆਂ ਵਿਚਾਰਾਂ, ਕੁਝ ਇਤਿਹਾਸ ਦੇ ਪੱਖ ਆਪ ਜੀ ਨਾਲ ਇਸ ਸਬਜੈਕਟ ਉੱਤੇ ਸੰਤਕ ਜੋ ਹੈ ਸਾਂਝ ਪਾਉਣ ਦੀ ਯਤਨ ਕਰਾਂਗਾ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਮੰਦਾ ਜਾਣੇ ਆਪ ਕੋ ਅਵਰ ਭਲਾ ਨਾਨਕ ਬੋਰਾਣਾ
माना स्वापा ਸਿਆਣਪ ਕਾਏ
ਜਾਂਦਾ ਜਾਣੇ ਆਪ ਕੋ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ ਨਾਨਕ ਮੂਰਖ ਏਕ ਤੂੰ ਮੰਦਾ ਜਾਣੇ ਆਪ ਕੋ ਨਾਨਕ ਮੂਰਖ ਏਕ ਤੂੰ ਔਰ ਭਲਾ ਸੰਸਾਰ ਨਾਨਕ ਮੂਰਖ ਏਕ ਤੂੰ ਮੰਦਾ ਜਾਣੇ ਆਪ ਕੋ ਕਬੀਰ ਸਭ ਤੇ ਹਮ ਬੁਰੇ ਮੰਦਾ ਜਾਣੇ ਆਪ ਕੋ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਹਮ ਤਜ ਪਲੋ ਸਭ ਕੋਏ ਐਸਾ ਕਰ ਬੂਝਿਆ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਮੀਤ ਹਮਾਰਾ ਸੋਏ ਮੀਤ ਹਮਾਰਾ ਸੋਏ ਮੀਤ ਹਮਾਰਾ ਸੋਏ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ ਮੰਦਾ ਜਾਣੇ ਆਪ ਕੋ ਹਮ ਮੰਦੇ ਮੰਦੇ ਮਨ ਮਾਹੀ ਮੰਦਾ ਜਾਣੇ ਆਪ ਕੋ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸੋ ਨਾਹੀ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਓ ਨਾਹੀ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ ਮੰਦਾ ਜਾਣੇ ਆਪ ਕੋ ਨਾ ਹਮ ਚੰਗੇ ਆਖੀਐ ਮੰਦਾ ਜਾਣੇ ਆਪ ਕੋ ਨਾ ਹਮ ਚੰਗੇ ਆਖੀਐ ਸਭ ਤੇ ਹਮ ਬੁਰੇ ਨਾ ਹਮ ਚੰਗੇ ਆਖੀਐ ਬੁਰਾ ਨ ਦਿਸੈ ਕੋਏ ਸਭ ਤੇ ਹਮ ਬੁਰੇ ਬੁਰਾ ਨ ਦਿਸੈ ਕੋਏ ਨਾ ਹਮ ਚੰਗੇ ਆਖੀਐ ਬੁਰਾ ਨ ਦਿਸੈ ਕੋਏ ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ ਸੱਚੇ ਜਿਹੜਾ ਸੋਏ ਨਾ ਹਮ ਚੰਗੇ ਆਖੀਐ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬੁਰਾ ਨਹੀਂ ਕੋਏ ਹਮ ਮੰਦੇ ਮੰਦੇ ਮਨ ਮਾਹੀ ਨਾ ਹਮ ਚੰਗੇ ਆਖੀਐ ਬੁਰਾ ਨਹੀਂ ਕੋਏ ਸਭ ਤੇ ਹਮ ਬੁਰੇ ਸਭ ਤੇ ਹਮ ਬੁਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਨਾਨਕ ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਨਾਨਕ ਤਾਰੈ ਸੋਏ ਹਮ ਨਹੀਂ ਚੰਗੇ ਸਭ ਤੇ ਹਮ ਬੁਰੇ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਹਮ ਤਜ ਪਲੋ ਸਭ ਕੋਏ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ
ਆਪਣੇ ਆਪ ਨੂੰ ਮੰਦਾ ਕਰਕੇ ਜਾਣਨਾ, ਸਾਰਿਆਂ ਤੋਂ ਬੁੜਾ ਅਤੇ ਭੈੜਾ ਕਰਕੇ ਸਮਝਣਾ, ਦੂਜੇ ਭਾਵੇਂ ਬੁਰੇ ਨੇ ਉਹਨਾਂ ਨੂੰ ਵੀ ਚੰਗਾ ਕਰਕੇ ਜਾਣਨਾ, ਜਨ ਨਾਨਕ ਇਹ ਖੇਲ ਕਠਨ ਹੈ, ਬਹੁਤ ਔਖਾ ਮਾਰਗ। ਵਿਰਲਿਆਂ ਦੇ ਹਿੱਸੇ ਇਹ ਗੱਲ ਆਉਂਦੀ ਹੈ, ਜਿਨ੍ਹਾਂ ਨੇ ਧਰਮ ਦੀ ਕਮਾਈ ਕਰ ਲਈ, ਜਿਨ੍ਹਾਂ ਦੀ ਸੁਰਤੀ ਬਿਰਤੀ ਨਿਰੰਕਾਰ ਪ੍ਰਭੂ ਨਾਲ ਇੱਕ ਹੋ ਗਈ, ਜਿਨ੍ਹਾਂ ਨੇ ਹਰ ਜੀਵ ਵਿੱਚੋਂ ਪਰਮਾਤਮਾ ਦਾ ਰੂਪ ਦੇਖ ਲਿਆ, ਉਹ ਕਹਿੰਦੇ ਨੇ ਕਿ ਮੇਰਾ ਤਾਂ ਔਗਣੀ ਭਰਿਆ ਸਰੀਰ ਹੈ, ਆਪਣੇ ਆਪ ਨੂੰ ਔਗਣਾਂ ਦਾ ਭਰਿਆ ਦਰਸਾਉਂਦੇ ਨੇ। ਦੂਸਰਿਆਂ ਨੂੰ ਕਹਿੰਦੇ ਨੇ ਸਾਰੇ ਚੰਗੇ ਨੇ, ਪਰ ਸਾਡੀ ਬਿਰਤੀ ਇਹ ਨਹੀਂ, ਅਸੀਂ ਤਾਂ ਕਹਿੰਦੇ ਮੇਰੇ ਵਰਗਾ ਚੰਗਾ ਕੋਈ ਨਹੀਂ। ਅਨੇਕਾਂ ਔਗਣਾਂ ਨੂੰ ਛੁਪਾਉਣ ਵਾਸਤੇ ਅਸੀਂ ਚੰਗੇ ਬਣਦੇ ਫਿਰਦੇ ਹਾਂ, ਚੰਗੇ ਬਣਦੇ ਫਿਰਦੇ ਹਾਂ, ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਸੱਚ ਜਾਣੀ ਜੇ ਆਪਣੇ ਆਪ ਨੂੰ ਭਲਾ ਕਰਕੇ ਜਾਣਨਾ ਹੈ, ਆਪਣੇ ਆਪ ਨੂੰ ਚੰਗਾ ਦੁਨੀਆਂ ਵਿੱਚ ਬਣਾਉਣਾ ਚਾਹੁੰਦਾ ਹੈ ਨਾ, ਤਾਂ ਇੱਕ ਤਰੀਕਾ ਹੈ ਹੀ। ਜੇ ਬਹੁਤਾ ਆਪਣੇ ਆਪ ਨੂੰ ਕਹਿੰਦਾ ਰਹੇਗਾ ਕਿ ਮੈਂ ਚੰਗਾ, ਮੈਂ ਭਲਾ, ਮੈਂ ਦੂਜਿਆਂ ਦਾ ਬੜਾ ਪਰਉਪਕਾਰ ਕਰਦਾ, ਮੈਂ ਕਰਤਾ, ਮੈਂ ਉਹ ਕਰਤਾ, ਪਰ ਗੁਰਬਾਣੀ ਇਸ ਗੱਲ 'ਤੇ ਫਰਮਾਨ ਕਰਦੀ, ਕਹਿੰਦੇ ਹੈ ਆਪਸ ਕੋ ਭਲਾ ਕਰ ਜਾਣੈ, ਵਾਹਿਗੁਰੂ ਆਪਸ ਕੋ ਕਰ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ, ਤਿਸੇ ਭਲਾਈ ਨਿਕਟ ਨਾ ਆਵੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਲਾਈ ਉਹਦੇ ਨੇੜੇ ਨਹੀਂ ਢੁੱਕਦੀ ਜਿਹੜਾ ਦੁਨੀਆਂ ਵਿੱਚ ਹੋਕਾ ਦਿੰਦਾ ਫਿਰਦਾ ਕਿ ਮੇਰੇ ਵਰਗਾ ਚੰਗਾ ਕੋਈ ਨਹੀਂ। ਜੇ ਆਪਣੇ ਆਪ ਨੂੰ ਦੁਨੀਆਂ ਵਿੱਚ ਚੰਗਾ ਵਿਖਾਉਣਾ ਚਾਹੁੰਦਾ ਹੈ ਤੇ ਇੱਕ ਤਰੀਕਾ ਗੁਰਬਾਣੀ ਨੇ ਦੱਸਿਆ, ਕਹਿਣ ਲੱਗੇ ਆਪਸ ਕੋ ਜੋ ਜਾਣੈ ਨੀਚਾ, ਸੰਸਾਰ ਨਾਲੋਂ ਬਿਲਕੁਲ ਉਲਟੀ ਦ੍ਰਿਸ਼ਟੀ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਆਪਸ ਕੋ ਜੋ ਜਾਣੈ ਨੀਚਾ, ਸੋਈ ਗਣੀਐ ਸਭ ਤੇ ਉੱਚਾ, ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਐ, ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ, ਫਲ ਤੇ ਵੇ ਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਵੇਹੀ ਕਾਰ ਕਮਾਈਐ, ਜੇ ਲੋੜੈ ਚੰਗਾ ਆਪਣਾ, ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ, ਕਰ ਪੁੰਨੋ ਨੀਚ ਸਦਾਈ ਹੈ, ਪੁੰਨ ਕਰਕੇ ਆਪਣੇ ਆਪ ਨੂੰ ਨੀਵਾਂ ਦਿਖਾ ਦੁਨੀਆਂ ਵਿੱਚ, ਕਹਿ ਕੇ ਮੇਰੇ ਵਰਗਾ ਕੋਈ ਨੀਵਾਂ ਕੋਈ ਨਹੀਂ, ਫਿਰ ਕਹਿਣ ਦੀ ਵੀ ਲੋੜ ਨਹੀਂ, ਭਲਾ ਆਪਣੇ ਆਪ ਬਣ ਜਾਵੇਗਾ, ਦੁਨੀਆਂ ਵਿੱਚ ਚੰਗਾ ਆਪਣੇ ਆਪ ਜਾਣਿਆ ਜਾਵੇਗਾ, ਜੇ ਲੋੜੇ ਚੰਗਾ ਆਪਣਾ। ਜੇ ਆਪਣੇ ਆਪ ਨੂੰ ਕਹਾਉਣਾ ਚਾਹੁੰਦਾ ਕਿ ਲੋਕ ਮੈਨੂੰ ਚੰਗਾ ਕਹਿਣ, ਤੇ ਪਾਤਸ਼ਾਹ ਕਹਿੰਦੇ ਨੇ ਪੁੰਨ ਕਰਕੇ, ਦੂਸਰੇ ਦੇ ਪਰਉਪਕਾਰ ਕਰਕੇ, ਦੁਖੀ ਦਾ ਦਰਦ ਵੰਡਾ ਕੇ, ਉਸ ਗੱਲ ਨੂੰ ਲੋਕਾਂ ਵਿੱਚ ਹੋਕਾ ਨਾ ਦਿੰਦਾ, ਫਿਰ ਲੋਕ ਆਪੇ ਕਹਿਣਗੇ ਬੜਾ ਚੰਗਾ ਇਨਸਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਹਮ ਮੰਦੇ ਮੰਦੇ ਮਨ ਮਾਹੀ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਅਵਰ ਭਲਾ ਸੰਸਾਰ।
ਸਾਹਿਬਾਂ ਨੇ ਇਸ ਗੱਲ ਤੇ ਪਹਿਰਾ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜ਼ਿਕਰ ਕਰਦੇ ਨੇ ਕਿ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਪਾਤਸ਼ਾਹ ਨੇ ਜਦੋਂ ਸੰਸਾਰ ਦਾ ਭ੍ਰਮਣ ਕੀਤਾ, ਕਈ ਥਾਵਾਂ ਤੇ ਐਸੇ ਲੋਕ ਮਿਲੇ ਜਿਨ੍ਹਾਂ ਨੇ ਪੱਥਰ ਵੀ ਮਾਰੇ, ਜਿਨ੍ਹਾਂ ਨੇ ਗਾਲਾਂ ਵੀ ਕੱਢੀਆਂ, ਬੁਰਾ ਵੀ ਕਿਹਾ। ਪਰ ਗੁਰੂ ਸਾਹਿਬ ਕਹਿੰਦੇ ਮੈਂ ਹੈ ਹੀ ਮੰਦਾ, ਹੈ ਮੈਂ ਹੈ ਹੀ ਬੁਰਾ, ਤੇ ਬੁਰੇ ਨੂੰ ਤੁਸੀਂ ਕੀ ਕਹੋਗੇ। ਦੂਸਰੇ ਨੂੰ ਬੁਰਾ ਕਹਿ ਦੇਣਾ ਭਾਵੇਂ ਕੋਈ ਚੰਗਾ ਹੋਵੇ ਸਾਡਾ ਸੁਭਾਅ ਹੈ। ਕੋਈ 100 ਚੰਗੇ ਕੰਮ ਕਰਦਾ ਹੋਵੇ ਤੇ ਇੱਕ ਮਾੜਾ ਕਹਿ ਦੇਵੇ ਤੇ ਅਸੀਂ ਦੁਨੀਆ ਦੇ ਵਿੱਚ ਡੋਂਡੀ ਪੁੱਟਦੇ ਫਿਰਦੇ ਹਾਂ, ਨਸ਼ਰ ਕਰਦੇ ਫਿਰਦੇ ਹਾਂ। ਪਰ ਜਦੋਂ ਦੂਸਰੇ ਦੇ ਵੱਲ ਆਪਾਂ ਇਹ ਉਂਗਲੀ ਉਠਾਈਏ, ਬਾਬਾ ਫਰੀਦ ਜੀ ਉੱਥੇ ਸਾਨੂੰ ਹੁਸ਼ਿਆਰ ਕਰਦੇ ਨੇ, ਕਹਿੰਦੇ ਨੇ ਦੂਸਰੇ 'ਤੇ ਉਂਗਲੀ ਉਠਾਉਣ ਵਾਲਿਆ ਪਹਿਲਾਂ ਆਪਣੇ ਅੰਦਰ ਵਿੱਚ ਝਾਤੀ ਮਾਰ ਲੈ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇ ਆਪਣੜੈ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ, ਆਪਣੜੈ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ। ਹਮ ਮੰਦੇ ਮੰਦੇ ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ, ਸਤਿਗੁਰ ਸਿੰਘਾਸਨ ਤੇ ਬੈਠੇ, ਸੰਗਤ ਗੁਰੂ ਸਾਹਿਬਾਂ ਦੇ ਬਚਨ ਸਰਵਣ ਕਰਦੀ, ਬੜਾ ਸ਼ਾਂਤ ਮਾਹੌਲ ਦੀਵਾਨ ਦਾ। ਇੰਨੀ ਦੇਰ ਨੂੰ ਬਾਹਰਲੇ ਪਾਸੇ ਇੱਕ ਫਕੀਰ ਖੜਾ ਹੋਇਆ, ਬੜੀ ਉੱਚੀ ਆਵਾਜ਼ ਵਿੱਚ ਉਹਨੇ ਇੱਕ ਬਚਨ ਕਿਹਾ, ਕਹਿਣ ਲੱਗਾ ਅਮਰੂ, ਓਏ ਅਮਰੂ ਕੁਝ ਭੇਜ। ਹੁਣ ਚਵਰ ਤਖਤ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਸੰਗਤਾਂ ਜੁੜੀਆਂ ਮਿਲ ਬੈਠੀਆਂ, ਬਚਨ ਸੁਣਦੀਆਂ, ਤੇ ਕੋਈ ਆ ਕੇ ਗੁਰੂ ਸਾਹਿਬਾਂ ਦੇ ਪ੍ਰਤੀ ਇਹ ਬੋਲ ਬੋਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਟਕਾ, ਕੁਝ ਰਾਸ਼ਨ ਉਸ ਫਕੀਰ ਨੂੰ ਦਿੱਤਾ, ਫਕੀਰ ਚਲਾ ਗਿਆ। ਅਜੇ ਉੱਥੋਂ ਮੁੜਿਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਇਹ ਪਿੱਛੇ ਪਿੱਛੇ ਗਏ। ਇਤਿਹਾਸ ਲਿਖਦਾ ਇੱਕ ਬੜਾ ਜੁੜਾਊ ਕੰਗਣ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਨੂੰ ਦਿੱਤਾ ਸੀ, ਆਪਣੇ ਹੱਥਾਂ ਵਿੱਚੋਂ ਲਾ ਕੇ ਉਸ ਫਕੀਰ ਨੂੰ ਦਿੱਤਾ। ਕਹਿਣ ਲੱਗੇ ਫਕੀਰ ਸਾਈਂ, ਮੇਰੇ ਗੁਰੂ ਨੂੰ ਇੱਦਾਂ ਦੇ ਕਬੋਲ, ਇੱਦਾਂ ਦੇ ਅਪ ਸ਼ਬਦ ਨਾ ਬੋਲਿਆ ਕਰ, ਆ ਲੈ ਜੋ ਤੈਨੂੰ ਚਾਹੀਦਾ ਤੈਨੂੰ ਮੈਂ ਭੇਟ ਕਰ ਦੇਣਾ। ਕੁਝ ਦਿਨ ਨਿਕਲ ਗਏ, ਜਦੋਂ ਕੰਗਣ ਦਾ ਮੁੱਲ ਪੈ ਗਿਆ, ਮੁੱਲ ਪੂਰਾ ਹੋ ਗਿਆ, ਕੀਮਤ ਖਤਮ ਹੋ ਗਈ, ਭਾਵ ਖਾ ਪੀ ਕੇ ਮੁੱਕ ਗਿਆ, ਫਿਰ ਫਕੀਰ ਆਇਆ, ਫਿਰ ਉਹਨੇ ਆਵਾਜ਼ ਦਿੱਤੀ ਅਮਰੂ ਕੁਝ ਭੇਜ। ਸਤਿਗੁਰੂ ਅਮਰਦਾਸ ਮਹਾਰਾਜ ਮੁਸਕਰਾਏ, ਭਾਈ ਜੇਠਾ ਜੀ ਨੇ ਦੂਸਰਾ ਕੰਗਣ ਵੀ ਲਾ ਕੇ ਉਹਨੂੰ ਦਿੱਤਾ। ਕਹਿਣ ਲੱਗੇ ਐਦਾਂ ਦੇ ਅਪ ਸ਼ਬਦ ਨਾ ਬੋਲਿਆ ਕਰ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੁਲਾ ਲਿਆ, ਭਾਈ ਜੇਠਾ ਜੀ ਨੂੰ। ਕਹਿਣ ਲੱਗੇ ਜੇਠਾ ਪੁੱਤਰ, ਇਹ ਸਾਨੂੰ ਦੇਖਣਾ ਚਾਹੁੰਦਾ ਕਿ ਅਮਰਦਾਸ ਦਾ ਹਿਰਦਾ ਕਿੱਥੇ ਕੁ ਖੜਿਆ। ਇੱਦਾਂ ਦੇ ਬੋਲ ਬੋਲ ਕੇ ਜਾਣਨਾ ਚਾਹੁੰਦਾ ਕਿ ਅਮਰਦਾਸ ਦੇ ਅੰਦਰ ਕਿੰਨੀ ਕੁ ਸਹਿਣਸ਼ੀਲਤਾ ਹੈ, ਕਿੰਨੀ ਕੁ ਧੀਰਜ ਹੈ, ਕਿੰਨਾ ਕੁ ਇਹਦੇ ਅੰਦਰ ਜਿਗਰਾ ਹੈ ਕਿ ਦੂਸਰੇ ਦੇ ਸ਼ਬਦਾਂ ਨੂੰ ਸਹਾਰਨ ਦੀ ਬਿਰਤੀ ਰੱਖਦਾ। ਕਹਿਣ ਲੱਗੇ ਕੜੇ ਦੇਣ ਵਾਲੇ ਦਾ ਕੱਖ ਨਹੀਂ ਬਣਨਾ, ਜਿੰਨੀ ਕੁ ਸੇਵਾ ਨੂੰ ਚਾਹੀਦੀ ਹੈ ਇਹਨੂੰ ਆਉਣ ਦੇ ਆ ਕਰ। ਆਖਰ ਆਪੇ ਇੱਕ ਦਿਨ ਗੁਰੂ ਪਾਤਸ਼ਾਹ ਜੀ ਦੇ ਚਰਨੀ ਆ ਕੇ ਢਹਿ ਪਿਆ। ਕਹਿਣ ਲੱਗੇ ਮਹਾਰਾਜ ਮੈਨੂੰ ਬਖਸ਼ ਦਿਓ। ਇਹ ਤਾਂ ਇੱਕ ਪੱਖ ਸੀ,
ਦੂਸਰਾ ਪੱਖ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਸਾਧੂ ਬੈਠਾ ਹੈ, ਪਿੰਡੇ ਤੇ ਸਿਰ ਤੇ ਸਾਰੇ ਬਾਹਾਂ ਲੱਤਾਂ ਤੇ ਬੜੀ ਸੁਆਹ ਮਲੀ ਹੋਈ ਵਿਰਕਤ ਸਾਧੂ। ਦਸਮੇਸ਼ ਪਿਤਾ ਦਾ ਦਰਬਾਰ ਸਜਿਆ ਹੋਇਆ ਤੇ ਉਸ ਸਾਧੂ ਦੇ ਪਿਛਲੇ ਪਾਸੇ ਆ ਕੇ ਸੁਥਰੇ ਸਾਹ ਦੀਆਂ ਬੜੀਆਂ ਗੁੱਝੀਆਂ ਰਮਜਾਂ ਹੁੰਦੀਆਂ ਨੇ। ਆਪਨੇ ਕਿਤੇ ਇਤਿਹਾਸ ਵਿੱਚ ਢਾਡੀ ਸਿੰਘਾਂ ਕੋਲੋਂ ਜਾਂ ਕਈ ਮਰਤਬਾ ਸੁਣੀਆਂ ਹੋਣਗੀਆਂ। ਸੁਥਰੇ ਸਾਹ ਉਸ ਸਾਧੂ ਦੇ ਪਿੱਛੇ ਆ ਕੇ ਬਹਿ ਗਿਆ ਤੇ ਜਰਾ ਕੁ ਹੋਏ ਤੇ ਸਾਧੂ ਦੇ ਇੱਦਾਂ ਉਂਗਲ ਕਰ ਦੇਵੇ। ਦੀਵਾਨ ਸਜਿਆ ਸ਼ਾਂਤ, ਗੁਰੂ ਪਾਤਸ਼ਾਹ ਜੀ ਦੇ ਬਚਨ ਹੋ ਰਹੇ ਹਨ। ਇੱਕ ਵਾਰ ਉਂਗਲ ਕੀਤੀ, ਸਾਧੂ ਤਰਪ ਗਿਆ, ਫਿਰ ਬੈਠਾ। ਥੋੜ੍ਹੀ ਦੇਰ ਬਾਅਦ ਫਿਰ ਉਹਨੂੰ ਛੇੜਿਆ, ਸਾਧੂ ਫਿਰ ਤਰਪ ਗਿਆ। ਤੀਜੀ ਵਾਰੀ ਜਦੋਂ ਸੁਥਰੇ ਸਾਹ ਨੇ ਉਹਨੂੰ ਛੇੜਿਆ ਨਾ ਸਾਧੂ ਨੇ, ਤੇ ਸਾਧੂ ਤਰਪ ਕੇ ਗੁੱਸੇ ਵਿੱਚ ਆ ਕੇ ਤੇ ਸੁਥਰੇ ਸਾਹ ਦੇ ਪਿੱਛੇ ਪੈ ਗਿਆ ਤੇ ਸੁਥਰਾ ਸਾਹ ਦੌੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨੀ ਜਾ ਕੇ ਲੱਗ ਗਿਆ। ਕਹਿਣ ਲੱਗੇ ਬਖਸ਼ ਲਓ। ਪਾਤਸ਼ਾਹ ਕਹਿਣ ਲੱਗੇ ਗੱਲ ਕੀ ਹੋਈ, ਕੀ ਕਾਰਨ ਹੈ? ਸਾਧੂ ਕਹਿਣ ਲੱਗਾ ਜੀ ਮੈਨੂੰ ਵਾਰ ਵਾਰ ਛੇੜਦਾ, ਮੈਨੂੰ ਮੈਂ ਸ਼ਾਂਤ ਸੁਭਾਅ ਵਿੱਚ ਬੈਠਾ ਹੋਇਆ ਸਾਂ, ਮੈਨੂੰ ਵਾਰ ਵਾਰ ਪਿੱਛੋਂ ਉਂਗਲਾਂ ਲਾ ਕੇ ਛੇੜਦਾ। ਤੇ ਸਤਿਗੁਰ ਤਾਂ ਜਾਣ ਸਨ ਵੀ ਸੁਥਰੇ ਸਾਹ ਦੇ ਇਹਦੇ ਵਿੱਚ ਕੋਈ ਰਮਜ ਹੋਵੇਗੀ। ਸੁਥਰੇ ਸਾਹ ਨੂੰ ਪੁੱਛਿਆ ਵੀ ਸੁਥਰੇ ਕੀ ਗੱਲ ਹੈ? ਸੁਥਰਾ ਸਾਹ ਕਹਿਣ ਲੱਗਾ ਮਹਾਰਾਜ ਇਹਨੇ ਲਗਾਈ ਹੈ ਵਿਭੂਤੀ, ਇਹਨੇ ਲਵਾਈ ਹੈ ਸਾਰੇ ਤਨ ਉੱਤੇ ਸੁਆਹ, ਤੇ ਮੈਂ ਸੁਆਹ ਵਿੱਚੋਂ ਫਰੋਲ ਕੇ ਦੇਖਦਾ ਕਿ ਕੋਈ ਚੰਗਿਆੜੀ ਵੀ ਹੈ ਕਿ ਨਹੀਂ, ਇਹਦੇ ਅੰਦਰ ਸਹਿਣਸ਼ੀਲਤਾ ਕਿੰਨੀ ਕੁ ਹੈ। ਜਦੋਂ ਮੈਂ ਇੱਕ ਵਾਰ ਛੇੜਿਆ, ਦੋ ਵਾਰ ਛੇੜਿਆ, ਮੈਂ ਸੋਚਦਾ ਕੋਈ ਚੰਗਿਆੜੀ ਮਿਲ ਜਾਵੇ, ਇੱਥੇ ਤਾਂ ਭਾਂਬੜ ਮੱਚ ਗਏ। ਸਹਿਣਸ਼ੀਲਤਾ, ਆਪਣੇ ਆਪ ਨੂੰ ਨੀਵਾਂ ਕਰਕੇ ਜਾਣਨਾ, ਇਹ ਗੁਣ ਕਹਿਣੇ ਬੜੇ ਆਸਾਨ ਨੇ ਪਰ ਇਹਨਾਂ ਨੂੰ ਅਪਣਾਉਣਾ ਬੜਾ ਔਖਾ। ਸਤਿਗੁਰ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਹੋਕਾ ਦਿੰਦੇ ਨੇ ਸੰਸਾਰ ਨੂੰ। ਕਹਿਣ ਲੱਗੇ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਬਾਬਾ ਫਰੀਦ ਜੀ ਹੋਕਾ ਦਿੰਦੇ ਨੇ, ਕਹਿਣ ਲੱਗੇ ਫਰੀਦਾ ਬੁਰੇ ਦਾ ਭਲਾ ਕਰ। ਭਲਿਆਂ ਦੇ ਭਲੇ ਤਾਂ ਸਾਰੇ ਕਰਦੇ ਨੇ, ਬੁਰੇ ਦਾ ਭਲਾ ਕਰਨ ਵਾਲਾ ਕੋਈ ਨਹੀਂ ਮਿਲਦਾ ਜੀ। ਬੁਰੇ ਨੂੰ ਹੋਰ ਨੀਵਾਂ ਕਰਨ ਵਾਸਤੇ ਤਾਂ ਅਸੀਂ ਹਰ ਵੇਲੇ ਤਿਆਰ ਰਹਿੰਦੇ ਹਾਂ, ਭੈੜੇ ਨੂੰ ਹੋਰ ਭੈੜਾ ਬਣਾਉਣ ਵਾਸਤੇ ਤਾਂ ਅਸੀਂ ਤਿਆਰ ਰਹਿੰਦੇ ਹਾਂ, ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਸਿੱਖਾ, ਤੇਰੇ ਅੰਦਰ ਇਹ ਗੁਣ ਹੋਣਾ ਚਾਹੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਤੇ ਯਾਦ ਰੱਖੀ ਦੇਹੀ ਰੋਗ ਨਾ ਲੱਗਈ, ਜੇ ਬੁਰੇ ਦਾ ਭਲਾ ਕਰੇਗਾ ਨਾ ਵੈਰੀ ਨੂੰ ਵੀ ਮਿੱਤਰ ਕਰਕੇ ਜਾਣੇਗਾ। ਸਿੱਖਾਂ ਨੇ ਇਸ ਗੱਲ ਨੂੰ ਵੀ ਅਪਣਾਇਆ। ਭਾਈ ਕਨਈਆ ਦੀ ਉਦਾਹਰਣ ਜਗਤ ਪ੍ਰਸਿੱਧ ਹੈ। ਰੈੱਡ ਕ੍ਰਾਸ ਕਈ ਸਾਲ ਬਾਅਦ ਨੂੰ ਜਾ ਕੇ ਵਰਲਡ ਵਾਰ ਦੇ ਸਮੇਂ ਵਰਲਡ ਦੇ ਵਿੱਚ ਹੋਂਦ ਵਿੱਚ ਆਈ, ਪਰ ਜੇ ਕਹਿ ਲਈਏ ਕਿ ਰੈੱਡ ਕ੍ਰਾਸ ਦਾ ਵੀ ਜੇ ਕੋਈ ਬਾਪ ਹੈ ਤਾਂ ਉਹ ਭਾਈ ਕਨਈਆ, ਜਿਨ੍ਹਾਂ ਨੇ ਉਸ ਵੇਲੇ ਜਦੋਂ ਕੇਵਲ ਵੱਢ ਟੁੱਕ ਦੂਸਰਿਆਂ ਦੀ ਕੀਤੀ ਜਾਂਦੀ ਸੀ, ਭਾਈ ਕਨਈਆ ਜੀ ਨੇ ਸਾਰਿਆਂ ਨੂੰ, ਭਾਵੇਂ ਕੋ ਵੈਰੀ ਸੀ ਭਾਵੇਂ ਕੋ ਮਿੱਤਰ ਸੀ, ਸਾਰਿਆਂ ਨੂੰ ਉਹਨੇ ਜਲ ਛਕਾਇਆ। ਤੇ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਭਈ ਕਾਰਨ ਕੀ? ਕਨਈਆ ਜੀ ਕਹਿਣ ਲੱਗੇ ਪਾਤਸ਼ਾਹ ਕੀ ਕਰਾਂ, ਜਿਹੜਾ ਵੀ ਤੁਹਾਡਾ ਨਾਂ ਲੈ ਕੇ ਮੈਨੂੰ ਕਹਿੰਦਾ ਕਿ ਗੁਰੂ ਦਾ ਵਾਸਤਾ ਮੈਨੂੰ ਜਲ ਛਕਾ ਦੇ, ਮੈਨੂੰ ਕਿਸੇ ਵਿੱਚ ਭੇਦ ਭਾਵ ਲੱਭਦਾ ਨਹੀਂ, ਮੈਨੂੰ ਤੁਹਾਡਾ ਹੀ ਚਿਹਰਾ ਉਹਦੇ ਵਿੱਚੋਂ ਦਿਖਾਈ ਦਿੰਦਾ। ਤੇ ਗੁਰੂ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਭਾਈ ਕਨਈਆ ਨੂੰ ਕਿਹਾ ਇਕੱਲਾ ਜਲ ਨਾ ਛਕਾ, ਮਲਮ ਪੱਟੀ ਵੀ ਕਰੀ ਜਾ। ਉਹ ਵੈਰੀਆਂ ਦੇ ਵੀ ਮਲਮ ਪੱਟੀ, ਜਿਹੜੇ ਸਿੱਖ ਵੱਢ ਟੁੱਕਦੇ ਸੁਣਦੇ ਸਨ ਉਹਨਾਂ ਦੇ ਵੀ ਪੱਟੀਆਂ ਕਰੀ ਜਾਂਦਾ। ਇਹ ਹੈ ਅਵਸਥਾ, ਇਹ ਹੈ ਉਹ ਗੁਣ ਜਿਹੜੇ ਧਾਰਨ ਕਰਾਉਣਾ ਚਾਹੁੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ। ਇਸ ਕਰਕੇ ਕਹਿੰਦੇ ਨੇ ਮਿੱਥਿਆ ਨਾਹੀਂ ਰਸਨਾ ਪਰਸ, ਮਿੱਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਾਤਰੇ ਰੂਪ ਨਾ ਪੇਕੇ ਨੇਤਰ, ਸਾਧਕੀ ਟੈ ਸੰਤ ਸੰਗ ਹੇਤ,
कर्ण न सुने काहू की निंदा, कर्ण न सुने काहू की निंदा, सब ते जाने आपस को मंदा, सब ते जाने आपस को मंदा, हम मंदे मंदे मन माही सब ते हम बुरे, मंदा जाने आपको पौड़ी सबको आके आपना, जिस नाही सोचुन कड़ी है कीता आपो आपना, आपे ही लेखा संडी है कीता आपो आपना, आपे ही लेखा संडी है, जा रहना नाही ऐत जग ता कायत कार बहंडी है, मंदा किसे न आखी है, मंदा किसे न आखी है, मंदा जाने आपको मंदा किसे न आखी है, पढ़ अखर एहो बुझी है, मंदा जाने आपको सब ते हम बुरे, मंदा किसे न आखी है, सब बंदे एक नूर ते सब जग उपजया, मंदा किसनु आखिया एक नूर ते सब जग उपजया, कौन पले को मंदे, मंदा किसे न आखिया, मंदा किसे न आखिया, फरीदा खालक खलक मैं खलक वसे रब माहे, मंदा किसनु आखी है, जा तिस बिन कोई ना है, हम मंदे मंदे मन माहे, मंदा किसे न आखी है, मंदा किसे न आखी है, जी जंत सब, जी जंत सब तिस दे सबना का सोई, जी जंत सब तिस दे सबना का सोई, मंदा किसनु आखिया दे तिस जा होई, मंदा किसनु आखिया दे दूजा होई, मंदा किसे न आखिया, मंदा जाने आपको। भाई साहब भाई गुरदास जी ने एक दृष्टांत दिता, कहिंदे मनुख दा सुभाव जिद्दां दा होवे दूसरे ने भी उद्दां दा करके जानदा है, हर मनुख दा अपना मन जो है वह शीशा है, अखां नाल दूसरे नूं देखदा, उस दी सूरत नूं अपने शीशे विच हिरदे रूपी मन रूपी शीशे विच तकदा, ते जिहो जिहा इहदा अपना अक्स हुंदा है उहो जिहा दूसरे नूं दिखाई दिंदा है। भाई गुरदास जी कहिंदे ने जे कोई बड़ा भला इंसान है ना उहनूं दूसरे सारे भले लगदे ने, पर सारे कहिंदे सारे चंगे ने, धन गुरु नानक देव महाराज सच्चे पातशाह भावें कोडे राक्ष वर्गे भावें बली कंधारी वर्गे दे भावें जादूगरनियां भावें जिस किसने भी इंसान मिले, गुरु पातशाह जी ने सज्जन ठग वर्गियां नूं कहा कि बड़े प्यारे ने, बड़े चंगे ने, बड़े भले ने, पर बुरे इंसान नूं अपने मन रूपी शीशे विच तकियां होया सारे बुरे लगते हैं। ये मनुख की अपनी अंदर की बिरती है, अपनी अंदर की भावना है, जिस किस्म की मनुख की भावना है दूसरे ने भी उदा का तकदा है। भाई साहब भाई गुरदास जी की यह वार कह के आप जी ने कीर्तनी समाप्ति है। आप भला सब जग भला, हम नहीं चंगे बुरा नहीं कोई, मंदा जाने आपको, आप भला सब जग भला, भला भला सब ना कर जाने, आप चंगा दूजे सारे चंगे लगते, कहना सारा चंगा है दुनिया सारी चंगी मैं ही माड़ा, जेड़ा भला इंसान अपने आप नू भला कद नहीं चलाउंदा, आपस को
ਜੋ ਜਾਣੇ ਨੀਚਾ ਪਾਤਸ਼ਾਹ ਕਹਿੰਦੇ ਨੇ ਸੋਈ ਗਣੀ ਹੈ ਸਭ ਤੇ ਉੱਚਾ ਹੈ ਗੁਰਮਤ ਦੀ ਫਿਲਾਸਫੀ ਹੈ ਇਹ ਗੁਰਮਤ ਦਾ ਫਲਸਫਾ ਹੈ ਬਾਣੀ ਕਹਿੰਦੀ ਆਪਣੇ ਆਪ ਨੂੰ ਕਦੇ ਜਾਣਾ ਨਾ ਆਪਸ ਕੋ ਭਲ ਜੋ ਭਲਾ ਕਰ ਕਹਾਵੇ ਕਿਸੇ ਭਲਾਈ ਨਿੱਟ ਨਾ ਆਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਥਿਊਰੀ ਤੇ ਚੱਲਦੇ ਨੇ ਤੇ ਸਾਨੂੰ ਚੱਲਣ ਵਾਸਤੇ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਆਪ ਭਲਾ ਸਭ ਜਗ ਭਲਾ ਆਪ ਭਲਾ ਸਭ ਜਗ ਭਲਾ 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 ਸਭਨਾ ਕਰ ਦੇ ਕੈ ਆਪ ਬੁਰਾ ਸਭ ਜਗ ਬੁਰਾ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ ਸਭ ਕੋ ਬੁਰਾ ਬੁਰੇ ਦੇ ਲੇਖੈ ਫਿਰ ਇੱਕ ਇਤਿਹਾਸਿਕ ਦ੍ਰਿਸ਼ਟਾਂਤ ਦਿੱਤਾ ਹੈ ਭਾਈ ਸਾਹਿਬ ਗੁਰਦਾਸ ਜੀ ਨੇ ਸਮਝਣ ਵਾਸਤੇ ਉਹ ਹੈ ਕਾਰਵਾਂ ਦਾ ਪਾਂਡਵਾਂ ਦਾ ਭਾਈ ਸਾਹਿਬ ਫੁਰਮਾਨ ਕਰਦੇ ਨੇ ਕਹਿੰਦੇ ਨੇ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ ਕ੍ਰਿਸ਼ਨ ਸਹਾਈ ਪਾਂਡਵਾ ਪਾਏ ਭਗਤ ਕਰ ਤੂਤ ਵਿਸੇਖੈ ਨੈਣ ਪਾਉ ਚਿਤ ਕੈਰਵਾ ਗਣਤੀ ਗਣ ਅੰਦਰ ਕਾ ਲੇਖੈ ਬੁਰ ਭਲਾ ਬੁਰਾ ਪਰਵੰਨਿਆ ਭਲਾ ਬੁਰਾ ਪਰਵੰਨਿਆ ਦ੍ਰਿਸ਼ਟੀ ਦੇਖੈ ਭਾਈ ਸਾਹਿਬ ਕਹਿੰਦੇ ਨੇ ਗੁਰੂ ਦਰੋਣਾਚਾਰੀਆ ਨੇ ਯੁਧਿਸ਼ਠਿਰ ਨੂੰ ਤੇ ਦੁਰਯੋਧਨ ਨੂੰ ਮੰਨਿਆ ਗਿਆ ਹੈ ਯੁਧਿਸ਼ਠਿਰ ਧਰਮ ਪੁੱਤਰ ਤੇ ਦੁਰਯੋਧਨ ਅਤ ਨੀਚ ਕਰਮ ਕਰਨ ਵਾਲਾ ਹੰਕਾਰੀ ਪੁਰਖ ਭਾਈ ਸਾਹਿਬ ਕਹਿੰਦੇ ਨੇ ਦੋਵਾਂ ਨੂੰ ਦਰੋਣਾਚਾਰੀਆ ਗੁਰੂ ਨੇ ਕਿਹਾ ਯੁਧਿਸ਼ਠਿਰ ਨੂੰ ਧਰਮ ਪੁੱਤਰ ਨੂੰ ਕਿਹਾ ਕਿ ਕੋਈ ਬੁਰਾ ਇਨਸਾਨ ਲੱਭ ਕੇ ਲਿਆਓ ਜੋ ਭੈੜੇ ਤੋਂ ਭੈੜਾ ਕਰਮ ਕਰਦਾ ਹੋਵੇ ਧਰਮ ਪੁੱਤਰ ਨੂੰ ਇਹ ਵਚਨ ਕੀਤਾ ਯੁਧਿਸ਼ਠਿਰ ਨੂੰ ਤੇ ਦੁਰਯੋਧਨ ਨੂੰ ਕਿਹਾ ਕਿ ਕੋਈ ਚੰਗੇ ਤੋਂ ਚੰਗਾ ਇਨਸਾਨ ਲੱਭ ਕੇ ਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਦਿੱਤਾ ਸ਼ਾਮ ਨੂੰ ਦੋਨੇ ਵਾਪਸ ਆ ਗਏ ਦੋਵੇਂ ਖਾਲੀ ਹੱਥ ਵਾਪਸ ਆਏ ਕਿਸੇ ਦੇ ਨਾਲ ਕੋਈ ਨਹੀਂ ਭਾਈ ਸਾਹਿਬ ਕਹਿੰਦੇ ਜਦੋਂ ਵਾਪਸ ਆਏ ਭਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦ੍ਰਿਸ਼ਟ ਸਰੇਖੈ ਉਹਨਾਂ ਨੂੰ ਲੱਭਿਆ ਕੋਈ ਨਹੀਂ ਯੁਧਿਸ਼ਠਿਰ ਨੂੰ ਪੁੱਛਿਆ ਕਿ ਕੋਈ ਚੰਗਾ ਕੋਈ ਭੈੜਾ ਇਨਸਾਨ ਨਹੀਂ ਲੈ ਕੇ ਆਇਆ ਲੱਭਿਆ ਨੇ ਤੈਨੂੰ ਸਾਰਾ ਦਿਨ ਯੁਧਿਸ਼ਠਿਰ ਧਰਮ ਪੁੱਤਰ ਕਹਿਣ ਲੱਗਾ ਗੁਰੂ ਜੀ ਮੈਂ ਯਤਨ ਕੀਤਾ ਸਾਰੀ ਨਗਰੀ ਵਿੱਚੋਂ ਲੱਭਣ ਦਾ ਜਿਹੜਾ ਵੀ ਇਨਸਾਨ ਦੇਖਦਾ ਹਾਂ ਭਾਵੇਂ ਉਹਦੇ ਕੋਈ ਚਾਰ ਪੰਜ ਸੱਤ ਔਗਣ ਹੁੰਦੇ ਸਨ ਪਰ ਉਹਦੇ ਅੰਦਰ ਕੋਈ ਨਾ ਕੋਈ ਚੰਗਿਆਈ ਹੁੰਦੀ ਸੀ ਮੈਨੂੰ ਸਾਰਾ ਦਿਨ ਭਾਲਿਆ ਕੋਈ ਬੁਰਾ ਇਨਸਾਨ ਨਹੀਂ ਲੱਭਿਆ ਮੈਂ ਅੰਦਰ ਆਪਣੇ ਜਦੋਂ ਝਾਤੀ ਮਾਰੀ ਤੇ ਮੇਰੇ ਵਰਗਾ ਭੈੜਾ ਇਨਸਾਨ ਕੋਈ ਨਹੀਂ ਸੀ ਇਸ ਕਰਕੇ ਮੈਂ ਵਾਪਸ ਆ ਗਿਆ ਮੇਰੇ ਵਰਗਾ ਭੈੜਾ ਇਨਸਾਨ ਕੋਈ ਨਹੀਂ ਮੈਂ ਹੀ ਭੈੜਾ ਹਾਂ ਦੁਨੀਆ ਨਾਲੋਂ ਆਖਿਰਕਾਰ ਕਿਸੇ ਨਾ ਕਿਸੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਤਾਂ ਗੁਣ ਹੈ ਮੇਰੇ ਅੰਦਰ ਉਹ ਵੀ ਗੁਣ ਨਹੀਂ ਤੇ ਦੁਰਯੋਧਨ ਨੂੰ ਪੁੱਛਿਆ ਵੀ ਤੂੰ ਕੋਈ ਚੰਗਾ ਇਨਸਾਨ ਲੱਭ ਕੇ ਨਹੀਂ ਲਿਆਇਆ ਕਹਿਣ ਲੱਗਾ ਮੈਂ ਸਾਰੇ ਲੱਭਦਾ ਸੀ ਹਰ ਕਿਸੇ ਦੇ ਅੰਦਰ ਕੋਈ ਨਾ ਕੋਈ ਖਾਮੀ ਸੀ ਤੇ ਮੇਰੇ ਅੰਦਰ ਕੋਈ ਖਾਮੀ ਕੋਈ ਕਮੀ ਨਹੀਂ ਮੇਰੇ ਵਰਗਾ ਚੰਗਾ ਇਨਸਾਨ ਕੋਈ ਨਹੀਂ ਭਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦ੍ਰਿਸ਼ਟੀ ਸਰੇਖੇ ਬੁਰਾ ਨਾ ਕੋਈ ਯੁਧਿਸ਼ਠਿਰ ਹੈ ਯੁਧਿਸ਼ਠਿਰ ਨੂੰ ਕੋਈ ਬੁਰਾ ਇਨਸਾਨ ਨਹੀਂ ਲੱਭਦਾ ਤੇ ਦੁਰਯੋਧਨ ਕੋ ਭਲਾ ਨਾ ਪੇਖੈ ਦੁਰਯੋਧਨ ਨੂੰ ਕੋਈ ਚੰਗਾ ਇਨਸਾਨ ਨਹੀਂ ਲੱਭਿਆ ਤੇ ਅਖੀਰ ਤੇ ਨਿਚੋੜ ਦਿੱਤਾ ਕਹਿਣ ਲੱਗੇ ਕਰਵੈ ਹੋਏ ਸੋ ਟੋਟੀ ਲੇਖੈ ਜੋ ਭਾਂਡੇ ਵਿੱਚ ਹੋਵੇਗਾ ਨਾ ਭਾਂਡੇ ਚੋਂ ਬਾਹਰ ਉਹੀ ਆਉਣਾ ਹੈ ਇਨਸਾਨ ਦੇ ਅੰਦਰ ਜੋ ਕੁਝ ਹੋਵੇਗਾ ਜੈਸੀ ਬਿਰਤੀ ਇਨਸਾਨ ਦੀ ਹੈ ਉਹੀ ਉਹ ਦੂਸਰੇ ਨੂੰ ਦੇਖਦਾ ਹੈ ਅੰਦਰ ਦੇ ਸ਼ੀਸ਼ੇ ਦੇ ਅੰਦਰੋਂ ਦੂਸਰੇ ਦੇ ਅਕਸ ਨੂੰ ਲੱਭਦਾ ਹੈ ਹਰ ਇਸ ਇਨਸਾਨ ਦੀ ਬੁਰਾਈ ਬੁਰਾ ਇਨਸਾਨ ਲੱਭਦਾ ਹੈ ਤੇ ਭਲੇ ਨੂੰ ਦੂਜੇ ਭਲੇ ਲੱਭਦੇ ਨੇ ਚੰਗੇ ਲੱਭਦੇ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਜੇ ਭਲਾ ਬਣਨਾ ਚਾਹੁੰਦਾ ਤੇ ਆਪਣੇ ਆਪ ਨੂੰ ਨੀਵਾਂ ਸਦਾ ਜੇ ਚੰਗਾ ਬਣਨਾ ਚਾਹੁੰਦਾ ਤੇ ਦੂਸਰਿਆਂ ਦਾ ਭਲਾ ਕਰਕੇ ਵੀ ਕਦੇ ਚਿਤਾਰੀ ਨਾ ਕਦੇ ਖਿਆਲ ਨਾ ਕਰੀ ਤੇ ਦੂਸਰਿਆਂ ਦਾ ਬੁਰਿਆਂ ਦਾ ਵੀ ਭਲਾ ਕਰਨਾ ਮਨ ਅੰਦਰ ਐਸੀ ਬਿਰਤੀ ਪੈਦਾ ਕਰ ਤਾਂ ਕਿ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦੇ ਆਪਾਂ ਆਪਣਾ ਲੋਕ ਪ੍ਰਲੋਕ ਸਹਿਦਾ ਕਰ ਲਈਏ ਮੰਦਾ ਜਾਣੇ ਆਪ ਕੋ ਅਵਰ ਭਲਾ
ਕੀਤੀਆਂ ਬੇਨਤੀਆਂ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਉਹਨੂੰ ਦ੍ਰਿੜ ਕਰਕੇ ਕੋਈ ਇੱਕ ਗੁਣ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰ ਲਈਏ ਜਿਹਦਾ ਸਦਕਾ ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਲੋਕ ਪ੍ਰਲੋਕ ਸਿਹਲਾ ਬਣਾ ਲਈਏ। ਅਗਲਾ ਪ੍ਰੋਗਰਾਮ ਪਿਆਰ ਸਹਿਤ ਸਰਵਣ ਕਰੋ, ਦਸਰਿਆਂ ਨੂੰ ਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।